ਜਿੰਮ ਹੋ ਗਈ ਕੰਪਲੀਟ, ਠੀਕ ਆ, ਅਤੇ ਐਂਡ 'ਤੇ ਕੋਚਿੰਗ ਕਰਦਾ ਹੁੰਦਾ ਜਸਕਰਮ, ਅਤੇ ਵੀਰਾ ਇੱਧਰ ਸਟ੍ਰੈਚ ਕਰਦੇ ਪਏ ਆਪਣੀਆਂ ਲੱਤਾਂ ਨੂੰ। ਹਾਈ ਗਾਇਸ, ਵੈਲਕਮ ਬੈਕ ਟੂ ਨਿਊ ਵਲੋਗ, ਅਤੇ ਅੱਜ ਮੈਂ ਕੀਤਾ ਸ਼ਾਮ ਨੂੰ ਵਲੋਗ ਸਟਾਰਟ, ਬਾਕੀ ਤੁਸੀਂ ਦੇਖ ਲਓ। ਅਤੇ ਪਿਛਲਾ ਵਲੋਗ ਰੱਜੀ ਨੇ ਸ਼ੇਅਰ ਕੀਤਾ ਸੀ ਮੈਨੂੰ, ਰੱਜੀ ਗਈ ਹੋਈ ਜਲੰਧਰ, ਅਤੇ ਉੱਥੇ ਰੱਜੀ ਮੇਕਅਪ ਕਰਦੀ ਆ, ਜਿਵੇਂ ਮੇਕਅਪ ਸਿੱਖਦੀ ਆ, ਅਤੇ ਇੱਕ ਕੁੜੀ ਦੇ ਉਹਨੇ ਮੇਕਅਪ ਵੀ ਕੀਤਾ ਸੀਗਾ, ਅਤੇ ਬਾਕੀ ਤੁਸੀਂ ਪਿਛਲਾ ਵਲੋਗ ਵੇਖ ਸਕਦੇ, ਬੜਾ ਵਧੀਆ ਮੇਕਅਪ ਕੀਤਾ। ਅਤੇ ਬਾਕੀ ਇੱਥੇ ਮੰਮੀ ਹੁਣੀ, ਅੱਜ ਕੀ ਬਣਦਾ ਪਿਆ ਫਿਰ ਮੰਮੀ? ਅੱਜ ਬਤਾਊ ਭਰ ਕੇ ਬਣਾਉਣੇ ਆ ਬਈ, ਅਤੇ ਬਾਕੀ ਬਤਾਊ ਹੀ ਆ ਬੈਂਗਣੀ ਕੀ ਇਹ ਲੰਬੇ ਆ, ਅਤੇ ਉਹ ਬਸ ਸਾਈਜ਼ ਥੋੜ੍ਹਾ ਮੋਟਾ ਵਾ, ਇਹ ਪਤਲੇ ਆ ਤੋਂ ਮੋਟੇ, ਜਿਵੇਂ ਬੰਦੇ ਨਹੀਂ ਕਈ ਮੋਟੇ, ਇੱਦਾਂ ਹੀ ਭਰ ਭਰ ਕੇ ਸਵਾਦ ਲੱਗਣਗੇ ਵੈਸੇ। ਕੰਨ ਦੇ ਕੋਲ ਪੂ ਪੂ ਕਰਦਾ ਵੇਲੇ ਆਪਾਂ ਨੂੰ ਕੁਛ ਕਹਿੰਦਾ ਆ ਮੱਛਰ, ਕੀ ਕਹਿੰਦਾ ਉਹ ਮੰਮੀ? ਪੂ ਪੂ ਕੰਨ ਚ ਕਹਿਣ ਆਉਂਦਾ ਵੀ ਜਲਦੀ ਜਲਦੀ ਕਰੋ ਕੰਮ, ਬਾਏ ਤੁਹਾਨੂੰ ਰਾਤ ਨੂੰ ਲੜਨਾ ਵੀ ਆ। ਲਓ ਜੀ, ਇੱਥੇ ਬਣਦੇ ਪਏ ਬਤਾਊ, ਹੈ ਬੜੇ ਸੋਹਣੇ ਵਧੀਆ ਬਣਦੇ ਪਏ, ਹੈ ਥੋੜੇ ਟਾਈਮ ਤੱਕ ਪੱਕ ਜਾਣਗੀਆਂ ਰੋਟੀਆਂ ਤਾਂ ਇੱਧਰ ਨਾ। ਬਾਕੀ ਅੱਗੇ ਨਾ ਅਸੀਂ ਇੱਦਾਂ ਹੀ ਸੈਰ ਕਰਨ ਜਾਈਦਾ ਹੁੰਦਾ ਸੀ, ਹੁਣ ਘੱਟ ਹੀ ਗਏ ਹਾਂ, ਅਤੇ ਇਕੱਠੇ ਜਾਈਦਾ ਸੀ ਸੈਰ ਕਰਨ। ਸੈਰ ਕਰਨੀ ਕਿ ਨਹੀਂ ਫਿਰ, ਹੁਣ ਰੋਟੀ ਖਾ ਕੇ ਜਾਵਾਂਗੇ, ਪਰ ਹੁਣ ਹਨੇਰਾ ਹੋ ਜਾਣਾ, ਰੋਟੀ ਥੋੜ੍ਹੀ ਜਿਹੀ ਲੇਟ, ਅੱਜ ਅਸੀਂ ਲੇਟ ਹੀ ਖਾਈ ਦੀ ਵੈਸੇ, ਸਹੀ ਗੱਲ ਦੱਸਾਂ ਤਾਂ। ਚਲੋ ਗਾਇਸ, ਹੁਣੇ ਹੁਣੇ ਸੈਰ ਕਰਨ ਆਏ, ਰੋਜ਼ ਕੋਲ ਪਿਆਸ ਲੱਗ ਗਈ, ਅਤੇ ਇੱਧਰ ਪਾਣੀ ਲੱਗਾ ਹੋਇਆ ਸੀਗਾ, ਪਰੇ ਦੇਖੋ ਪੀਣ ਡਿਆ, ਦੇਖੋ ਕੀ ਹਾਲ ਇਹਦਾ, ਹੈ ਇੰਨੀ ਧਿਆ ਘਰੇ ਪੀਂਦਾ ਨਹੀਂ, ਦੇਖ ਲਓ ਘਰੇ ਰੋਟੀਆਂ ਪਾਈਆਂ ਉਹ ਵੀ ਛੱਡ ਆਇਆ, ਇੱਦਾਂ ਦੇ ਆਹ ਜਿਹੜਾ ਸੀ ਨਾ ਇੱਦਾਂ ਜੇ ਉਹਨਾਂ 'ਚ ਹੁੰਦਾ ਹੁੰਦਾ ਸੀ, ਆਹ ਦੇਖੋ ਪੈਰ ਇਹਨੇ ਕਿੱਦਾਂ ਰੱਖਿਆ ਬੁੱਕਾਂ 'ਚ। ਹੁਣ ਗਾਇਸ ਅਸੀਂ ਪੋਚੇ ਲਾਉਣ ਲੱਗੇ ਹਾਂ, ਸਵੇਰ ਦਾ ਟਾਈਮ ਆ, ਠੀਕ ਆ, ਘਰ ਦੀ ਸਾਫ਼ ਸਫਾਈ ਕਰਨ ਲੱਗੇ ਹਾਂ ਬਸ। ਕਿਵੇਂ ਆ ਠੰਡ ਵਾ ਚੀਜ਼? ਥੱਲੇ ਥੱਲੇ ਤੱਕ, ਥੱਲੇ ਤੱਕ ਤਹਿ ਤੱਕ ਜਾ ਉਹਦੀ ਉਹਦੇ, ਹਾਂ ਐਨ ਰਗੜ ਰਗੜ ਕੇ ਲਾਈ ਚੰਗਾ, ਜਿਵੇਂ ਆਹ ਚੀਜ਼ਾਂ ਨਾ ਆਹ ਵੀ ਪਿੱਛੇ ਕਰ ਕਰਕੇ ਚੰਗਾ ਇਸ ਕਾਰਨ। ਓਕੇ ਬਸ ਚਮਕਣ ਵੀ ਲੱਗ ਪਿਆ ਐ ਵਧੀਆ, ਕੋਈ ਵੀ ਕੋਨਾ ਨਾ ਛੱਡੀ, ਜ਼ਿਆਦਾ ਨਿਚੋੜ ਲਿਆ ਇਹਦਾ ਮਤਲਬ। ਬਸ ਇੱਕ ਇੰਨਾ ਹੀ ਬਹੁਤ ਆ, ਬਸ ਇੱਕ ਹੀ ਬਹੁਤ, ਠੀਕ ਆ, ਐ ਕਲੀਨ ਕਰਦੇ। ਸਫਾਈ ਕਰ ਦੇਣ ਲੱਗਿਆ ਇਹਨੇ, ਦੀਪ ਕਲੀਨਿੰਗ ਹੀ ਕਰਤੀ ਅਸੀਂ, ਮਤਲਬ ਦੀਪ ਕਲੀਨਿੰਗ ਹੀ ਕਰਦੇ ਪਏ ਦੋਵੇਂ, ਅਤੇ ਸਾਫ਼ ਹੋ ਗਿਆ ਨਾ, ਦੀਪ ਹੀ ਹੋਈ ਨਾ, ਦੇਖੋ ਸਾਫ਼ ਹੋ ਗਏ ਕਮਰੇ, ਇੱਧਰੋਂ ਵੀ ਸਾਫ਼ ਕਰਤਾ ਐਂ ਨੂੰ ਇਹਨਾਂ ਦੇ ਕਮਰੇ, ਜਿਵੇਂ ਦੀਵਾਲੀ 'ਚ ਸਫਾਈ ਕਰੀ ਦੀ ਉਵੇਂ ਦਾ ਆਹ ਕਮਰਾ ਉਵੇਂ ਸਫਾਈ ਕੀਤੀ ਹੈ ਇਹਦੀ, ਬਾਕੀ ਇਹਦੀ ਵੀ ਇਸ ਹਿਸਾਬ ਨਾਲ ਕੀਤੀ ਇੱਧਰੋਂ। ਅੱਜ ਬਈ ਅੱਜ ਤੂੜੀ ਬਣਦੀ ਪਈ ਆ, ਮੈਂ ਕਿਹਾ ਚਲੋ ਵਲੌਗ ਥੋੜ੍ਹਾ ਸ਼ੂਟ ਕਰ ਲਈਏ, ਪਹਿਲੀ ਟਰਾਲੀ ਚੱਲਿਆ, ਪਹਿਲਾਂ ਡੈਡੀ ਲਈ ਆਇਆ ਸੀਗਾ, ਅਤੇ ਬਾਕੀ ਵੇਖ ਲਓ ਬਈ ਮੈਂ ਟਰਾਲੀਆਂ ਹੀ ਢੋਣੀਆਂ ਬਸ ਅੱਜ ਦਾ। ਤੂੜੀਆਂ ਦੀਆਂ ਟਰਾਲੀਆਂ ਤਾਂ ਬਣੀ ਜਾਂਦੀਆਂ, ਨਾਲ ਨਾਲ ਮੈਂਗੋ ਸ਼ੇਕ ਤਾਂ ਪੀਵਾਂਗੇ, ਨਜ਼ਾਰਾ ਆਊਗਾ ਬਈ, ਹਨਾ, ਅਤੇ ਲਾਪਰੀ ਅੱਜ ਬਣਾਉਣ ਲੱਗਾ ਮੈਂਗੋ ਸ਼ੇਕ, ਲੈ ਲਓ ਇਹ ਨੈਚੁਰਲੀ ਕੰਮ ਹੋ ਗਿਆ ਹੈ, ਦੋ ਦੋ ਵਲੌਗ ਮੈਂਗੋ ਸ਼ੇਕ ਪੀਣ ਡਿਆ ਆ ਬਈ, ਦੇਖੋ ਇਹ ਤਾਂ ਬੀਬੀ ਹਨਾ ਦੋਵੇਂ ਜਾਣੇ ਮੈਂਗੋ, ਮੈਂ ਕਹਿ ਕੇ ਗਿਆ ਮੈਂ ਕਿਹਾ ਮੈਂ ਲੈ ਕੇ ਆਉਣਾ ਬੀਬੀ, ਤੇ ਕਹਿੰਦੀ
ਬੀਬੀ ਮੈਂਗੋ ਸ਼ੇਕ ਆ ਬਹੁਤ ਘੈਂਟ ਬਣਿਆ, ਪੀਓ ਪੀਓ ਨਜ਼ਾਰੇ ਲਓ। ਲੈ ਆਣੀ ਯਾਰ ਆਣੀ, ਇਹ ਸੇਮ ਵਲੌਗ ਆ ਸੋਰੀ, ਕਿਉਂਕਿ ਕਈ ਵਾਰੀ ਬੰਦ ਆਣੀ ਆ ਭਾਵੇਂ ਏਦਾਂ ਵੀ, ਇਹ ਕਹਿੰਦਾ ਮੇਰਾ ਵੀ ਬਣਾ ਦਿਓ ਏਦਾਂ। ਚਲੋ ਇਹ ਟਰਾਲੀਆਂ ਲੈ ਕੇ ਆਈਏ ਚਲੋ, ਕਿਵੇਂ ਆ ਫਿਰ ਟੇਸਟ ਹੈਂ। ਚਲੋ ਬਈ ਚੱਲੇ ਅਸੀਂ ਜਿਮ ਅੱਜ, ਅਤੇ ਪਹਿਲਾਂ ਤੂੜੀ ਲੈ ਆਉਂਦੇ ਰਹੇ, ਮਸ਼ੀਨ ਵਿੱਚੇ ਖਰਾਬ ਹੋ ਗਈ, ਤਾਂ ਅਸੀਂ ਸੋਚਿਆ ਫਿਰ ਹੁਣ ਵਿੱਚੇ ਜਿਮ ਹੋ ਆਈਏ। ਅਤੇ ਉਹ ਵੇ ਆਪਣੇ ਨਾਲ ਦੇ ਤਿਆਰ ਆ, ਇਹ ਕਹਿੰਦੇ ਇਹ ਜਿਮ ਘੱਟ ਹੀ ਲਾਉਂਦੇ ਵੈਸੇ, ਅਤੇ ਅੱਜ ਮੈਂ ਇਹ ਨਾ ਜਿਮ ਲਾਉਂਦੇ ਨਹੀਂ, ਇਹ ਬਹਿੰਦੇ ਆ, ਇਹਨਾਂ ਦੀ ਬੋਡੀ ਵਿਖਾਊ ਮੈਂ। ਸਾਡੀ ਬੋਡੀ ਹੈ ਨਹੀਂ। ਚਲੋ ਗਾਇਸ ਹੁਣ ਮੈਂ ਲਾਪਰੀ ਨੂੰ ਦੇਤੀ ਟਰਾਲੀ ਟਰੈਕਟਰ ਤੇ ਜਾਣ ਡਿਆ ਘਰੇ, ਅੱਜ ਤੂੜੀ ਬਣਾਉਣੇ ਪਏ ਸੀ, ਅਸੀਂ ਕਿਹਾ ਜੋ ਨੈਚੁਰਲ ਚੱਲਦਾ ਉਹ, ਮੋਟਰ ਤੇ ਆਏ ਹੋਏ ਆ, ਦੇਖੋ ਪਾਣੀ ਵੀ ਸੁੱਕ ਗਿਆ ਇਹਦੇ 'ਚ, ਸਵਿਮਿੰਗ ਪੂਲ ਬਣਾਇਆ ਸੀਗਾ, ਤੇ ਇੱਧਰ ਦੇਖ ਲਓ ਪ੍ਰੋਟੀਨ ਪੀਂਦਾ ਪਿਆ ਇਹ, ਨਜ਼ਾਰੇ ਲੈਂਦਾ ਪਿਆ ਨਾ, ਜਿਮ ਤਾਂ ਹੋ ਗਿਆ ਸੀ ਕਿ ਨਾ ਨਾ ਮੈਂ ਗੱਲ ਦੱਸਣੀ ਤੇਰੀ, ਇਹਨੂੰ ਉਹ ਉੱਥੇ ਦੇਖ ਗਿਆ ਪਰ ਹੁਣੇ ਜਿਮ ਲਾ ਗਿਆ, ਇਹਨੂੰ ਮਾਝਾ ਦੇਖ ਗਿਆ ਉਹ ਉੱਥੇ ਪਿਆ ਦੇਖ ਲਓ ਮੰਜੇ ਦੇ ਥੱਲੇ, ਉਹ ਉਹਨਾਂ ਦਾ ਥੋੜ੍ਹੀ ਆ। ਅੱਛਾ ਤਾਂ ਹਾਂ ਪ੍ਰੋਟੀਨ ਦੇ ਨਾਲ ਮਾਝਾ ਪੀਣਾ, ਬਸ ਕਰ ਵੀਰੇ ਚੱਲ ਯਾਰ ਪੀ ਲਾ, ਬੋਤਲ ਖਾਲੀ ਨਾ ਹੋਈ ਤੇ ਕਹਿ ਦਿਓ। ਦੋ ਦਿਨ ਤਾਂ ਹੀ ਨਾ ਬਿਜ਼ੀ ਹਾਂ, ਤੇ ਅੱਜ ਬਸ ਤੂੜੀ ਬਣ ਜਾਣੀ, ਅੱਜ ਦਾ ਕੰਮ ਤੋਂ ਬਾਅਦ ਖਤਮ, ਤੇ ਬਾਕੀ ਇੱਧਰ ਦੇਖੋ ਕੱਲ੍ਹ ਲਵਪ੍ਰੀਤ ਨੇ ਰੱਖਿਆ ਸੀ ਸਪਰਾਈਟ ਫਰਿੱਜ 'ਚ, ਦੇਖੋ ਇੱਧਰ ਪਤਾ ਕਿਹੜੇ ਬੰਨੇ ਰੱਖਤਾ, ਆਹ ਜਿਹੜੇ ਬੰਨੇ ਜਮਾਉਣ ਵਾਲੇ ਬੰਨੇ ਰੱਖਤਾ ਹਿਸਾਬ ਨਾਲ ਇੱਧਰ, ਅਤੇ ਉਹ ਬਰਫ ਹੀ ਬਣ ਗਈ ਦੇਖੋ ਬੋਤਲ ਦੇ ਵਿੱਚ, ਬਰਫ ਹੀ ਜੰਮ ਗਈ, ਹੈਂ ਫਰੀਜ਼ ਹੋ ਗਈ ਫੁੱਲ, ਠੰਡਾ ਵਾ ਬਰਫ ਵਿੱਚ ਭਰੀ ਹੋਈ, ਅਤੇ ਇਹਨੂੰ ਹੁਣ ਬਾਹਰ ਰਹਿਣ ਦਾਂਗੇ ਤਾਂ ਆਪੇ ਹੋ ਜੂ ਸਹੀ, ਬਰਫ ਹੀ ਬਰਫਾ ਵਿੱਚ। ਅੱਜ ਦਾ ਦੂਜਾ ਦਿਨ, ਅੱਜ ਵੀ ਟਰਾਲੀਆਂ ਦਾ ਹੀ ਦਿਨ ਆ, ਤੂੜੀ ਬਣਾਉਣੇ ਪਏ ਆ, ਤਾਂ ਕਰਕੇ ਵਲੌਗ ਆਪਣੇ ਹੋਰ ਨਹੀਂ ਪੈ ਰਹੇ, ਠੀਕ ਆ ਜੀ। ਮੇਰੇ ਚੈਨਲ 'ਤੇ ਵੈਸੇ ਹੀ ਕਣਕ ਝੋਨੇ ਦਾ ਕਣਕ ਦਾ ਕੰਮ ਫਿਨਿਸ਼ ਕਰ ਲਈਏ, ਅੱਜ ਤੂੜੀਆਂ ਬਣਾਉਣੇ ਪਏ ਆ, ਕੱਲ੍ਹ ਨੂੰ ਫ੍ਰੀ ਹੋ ਜਾਣਾ ਅਸੀਂ, ਕੱਲ੍ਹ ਰੱਜੀ ਨੇ ਵੀ ਆ ਜਾਣਾ ਮੈਨੂੰ ਲੱਗਦਾ ਲੁਧਿਆਣਿਓ, ਹੈ ਨਾ। ਚਲਿਆ ਗਿਆ ਅੰਦਰ, ਇਸ ਰੋਟੀ ਖਾਣ ਡੇ ਗਏ, ਅਤੇ ਬਾਕੀ ਇਹ ਜਿਹੜੀਆਂ ਪਹਿਲੀਆਂ ਰੋਟੀਆਂ ਥੋੜ੍ਹਾ ਤਵੇ ਦਾ ਕਰਕੇ ਨਾ ਸੈਟਿੰਗ ਨਹੀਂ ਆਈ, ਅਤੇ ਗਰਮ ਗਰਮ ਮੂੰਹ 'ਚ ਪਾਈ ਅਤੇ ਭਾਫ ਨਿਕਲੀ ਮੂੰਹ 'ਚੋਂ, ਅੰਦਰ ਵੜ ਗਿਆ ਵੀ ਮੇਰੀ ਵੀਡੀਓ ਨਾ ਬਣਾਵੇ, ਤੱਤਾ ਲੱਗ ਗਿਆ ਆਇਆ ਆਸਾ, ਅਤੇ ਇਹ ਵੇਟ ਨਹੀਂ ਕਰਦੇ ਹੈਂ ਵੀ ਸਾਹ ਲੈ ਕੇ ਖਾਲ ਗਏ। ਮੈਂ ਹੁਣ ਅੱਕ ਕੇ ਸਪਰਾਈਟ ਧੁੱਪੇ ਟਕਾ ਤੀ, ਮੈਂ ਕਿਹਾ ਵੀ ਖੁਰ ਜੂਗੀ, ਰੋਟੀ ਖਾ ਲਈ ਬਈ ਬਹੁਤ ਵਧੀਆ ਲੱਗੀ। ਮੈਂ ਆਹ ਦੇਖੋ
ਆ ਖਤੂਰਾ ਨਾ ਇਹਦਾ ਬੱਚਾ ਵਾ, ਆ ਕੁੱਤੀ ਦਾ ਜਮਾ ਹੀ ਨਹੀਂ ਲੱਗਦਾ। ਦੇਖੋ ਚਾਰੀ ਵਾਰਾ ਹੀ ਬਣ ਗਈ, ਉਹ ਲੱਗਦਾ ਹੀ ਨਹੀਂ ਵੀ ਇਹਦਾ ਬੱਚਾ ਹੋਊ। ਦੇਖੋ ਉਹਦੇ ਨਾਲ ਡੱਬ ਖੜੱਬਾ। ਚਲੋ ਅੱਗੇ ਵੇਖ ਲਾ ਭਰਾਵਾ, ਭਾਊ ਦੀ ਰੇਹੜੀ ਨਾ ਨਾਲ ਅਡਾ ਕੇ ਲੈ ਜੀ। ਇਹਨੇ ਕਹਿਣਾ, ਭਾਊ ਨੇ ਕਹਿਣਾ, ਮੈਂ ਤਾਂ ਉੱਧਰ ਜਾਣਾ ਸੀ, ਮੈਨੂੰ ਤੂੜੀ ਵੱਲ ਲੈ ਗਏ, ਫਿਰ ਉੱਥੇ ਹੀ ਲੈ ਗਿਆ ਵਾ। ਸਾਰੇ ਜਾਣੇ ਸੁੱਤੇ ਹੋਏ ਆ ਤੇ ਮੈਂ ਖਾਣ ਲੱਗਾ ਇੱਥੇ ਰੋਟੀ। ਦੇਖੋ ਬਈ ਮੈਂ ਕਿਹਾ ਚਲੋ ਹੌਲੀ ਬੋਲ ਕੇ ਸਾਰੇ ਐਨ ਬੀਬੀ ਲਾਪਰੀ ਤੇ ਸਾਰੇ ਜਾਣੇ ਸੁੱਤੇ ਹੋਏ ਆ, ਮੈਂ ਖਾਣ ਲੱਗਾ ਸੀਗਾ ਰੋਟੀ, ਆਲੂਆਂ ਦੀ ਸਬਜ਼ੀ ਆ ਅਤੇ ਨਾਲ ਪਰੌਂਠੇ ਆ ਖਾਣ ਕੇ। ਚਲੋ ਬੈਸ ਅਸੀਂ ਜਿੰਮ ਲਾ ਕੇ ਆਏ ਹਾਂ ਹੁਣੇ ਹੁਣੇ, ਅਤੇ ਬਾਕੀ ਥੋੜ੍ਹਾ ਜਿਹਾ ਵਲੌਗ ਬਣਾਇਆ ਸੀ ਜਿੰਮ ਦਾ ਵੀ, ਅਤੇ ਬਾਕੀ ਹੁਣ ਪ੍ਰੋਟੀਨ ਪੀਣ ਗਏ ਅਤੇ 5 ਕੁ ਦਿਨ ਹੋਏ ਸਾਨੂੰ ਜਿੰਮ ਜਾਂਦਿਆਂ ਨੂੰ, ਹੁਣ ਵਧੀਆ ਆਪਾਂ ਸ਼ੁਰੂ ਕਰਾਂਗੇ ਲਗਾਤਾਰ ਹੀ। ਆਹ ਜਿਹੜੇ ਬਲਬ ਵੀ ਬੜੇ ਮਾੜੇ ਆ, ਜਦੋਂ ਹੀ ਕੋਈ ਵਲੌਗ ਬਣਾਉਣਾ ਉਹਦੇ ਕੋਲ ਦਿਖਦਾ ਹੀ ਨਹੀਂ ਚੱਜ ਨਾਲ। ਅਤੇ ਚਲੋ ਮੈਂ ਵਲੌਗ ਦਾ ਐਂਡ ਕਰਨਾ ਜੀ, ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਾਂਗੇ ਅਗਲੇ ਵਲੌਗ ਦੇ ਵਿੱਚ, ਬਾਏ।